ਵਿਸ਼ਵ ਭਰ ਵਿਚ ਮਨੁੱਖਤਾ ਦੇ ਨਾਲ ਔਖੇ ਵੇਲੇ ਖੜੇ ਹੋਣ ਵਾਲੀ ਸੇਵਕ ਜਥੇਬੰਦੀ ਖਾਲਸਾ ਏਡ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਲੀ ਸਹਾਇਤਾ ਦਿੱਤੀ ਗਈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਰਸਾ ਨੇ ਜਥੇਬੰਦੀ ਦੇ ਦਿੱਲੀ ਵਿਚਲੇ ਸੇਵਾਦਾਰ ਮਨਪ੍ਰੀਤ ਸਿੰਘ ਅਤੇ ਮਨਮੀਤ ਸਿੰਘ ਨੂੰ 2 ਲੱਖ ਰੁਪਏ ਦਾ ਚੈੱਕ ਸੌਂਪਦਿਆਂ ਆਖਿਆ ਕਿ ਖਾਲਸਾ ਏਡ ਬਿਨਾਂ ਕਿਸੇ ਸਮਾਜਿਕ ਅਤੇ ਧਾਰਮਿਕ ਵਿਤਕਰੇ ਦੇ ਕੁਦਰਤੀ ਕਰੋਪੀ ਅਤੇ ਕਤਲੇਆਮ ਆਦਿ ਦੌਰਾਨ ਪ੍ਰਭਾਵਿਤ ਇਲਾਕਿਆਂ ਵਿਚ ਜਾ ਕੇ ਮਿਸਾਲੀ ਸੇਵਾ ਕਰ ਰਹੀ ਹੈ, ਜਿਸ ਦੀ ਸ਼ਲਾਘਾ ਜਿੰਨੀ ਕੀਤੀ ਜਾਵੇ ਘੱਟ ਹੈ। ਜੀਕੇ ਨੇ ਆਖਿਆ ਕਿ ਬਰਮਾ ਛੱਡ ਕੇ ਬੰਗਲਾਦੇਸ਼ ਸਰਹੱਦ ਦੇ ਸ਼ਰਨਾਰਥੀ ਕੈਂਪਾਂ ਵਿਚ ਆਸਰਾ ਲੈ ਰਹੇ ਰੋਹਿੰਗਾ ਮੁਸਲਮਾਨ ਭਾਈਚਾਰੇ ਨੂੰ ਬਿਨਾਂ ਕਿਸੇ ਧਾਰਮਿਕ ਵਿਤਕਰੇ ਦੇ ਲੰਗਰ ਛਕਾ ਕੇ ਖਾਲਸਾ ਏਡ ਨੇ ਸਿੱਖ ਕੌਮ ਦਾ ਨਾਮ ਰੋਸ਼ਨ ਕੀਤਾ। ਜਿਹੜਾ ਫਲਸਫਾ ਸਾਡੇ ਗੁਰੂ ਦੇ ਕੇ ਗਏ ਸੀ, ਉਸ ਫਲਸਫੇ ਤੇ ਸਿੱਖਾਂ ਨੇ ਪਹਿਰਾ ਦਿੱਤਾ। ਭਾਵੇਂ ਉਹਦੇ ਬਾਅਦ ਬੰਦਾ ਸਿੰਘ ਬਹਾਦਰ ਦਾ ਰਾਜ ਹੋਵੇ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਵੇ, ਫਸਟ ਵਰਲਡ ਵਾਰ ਹੋਵੇ, ਸੈਕਿੰਡ ਵਰਲਡ ਵਾਰ ਹੋਵੇ, ਕਿਤੇ ਤਰਾਸਦੀ ਆਈ ਹੋਵੇ। ਸੀਰੀਆ ਦੇ ਵਿਚ ਦੇਖ ਲਓ ਜਿੱਥੇ ISIS ਨੇ ਕਤਲੇਆਮ ਕੀਤਾ, ਅੱਜ ਕਿਸ ਤਰੀਕੇ ਨਾਲ ਸਿੱਖ ਉਥੇ ਮਦਦ ਕਰ ਰਹੇ ਨੇ। ਅੱਜ ਬਰਮਾ ਦੇ ਰੋਹਿੰਗੀਆ ਮੁਸਲਮਾਨਾਂ ਵਾਸਤੇ ਕੰਟਰੋਵਰਸੀ ਖੜੀ ਕੀਤੀ ਹੋਈ ਏ, ਲੇਕਿਨ ਮੈਂ ਸਮਝਦਾ ਕਿ ਜਿਹੜਾ ਸਿੱਖ ਹੈ ਨਾ, ਉਹ ਸਿੱਖ ਸਰਕਾਰ ਦੇ ਹੁਕਮ ਨਹੀਂ ਸੁਣਦਾ, ਉਹ ਗੁਰੂ ਨਾਨਕ ਦਾ ਫਲਸਫਾ ਦੇਖਦਾ। ਉਹ ਜਾ ਕੇ ਮਦਦ ਕਰਦੇ ਪਏ ਨੇ, ਸਰਕਾਰਾਂ 'ਚ ਡਿਬੇਟ ਹੋ ਰਹੀ ਹੈ ਕਿ ਉਹਨਾਂ ਨੂੰ ਅੰਦਰ ਵਾੜਨਾ ਕਿ ਨਹੀਂ ਵਾੜਨਾ, ਲੇਕਿਨ ਗੁਰੂ ਦਾ ਸਿੱਖ ਉੱਥੇ ਜਾ ਕੇ ਸੇਵਾ ਕਰ ਰਿਹਾ, ਜਿਵੇਂ ਭਾਈ ਕਨਈਆ ਨੇ ਦਸਮ ਪਿਤਾ ਵੱਲੇ ਮੈਦਾਨੇ ਜੰਗ 'ਚ ਦੁਸ਼ਮਣਾਂ ਨੂੰ ਵੀ ਜਲ ਪਿਆ ਕੇ ਸੇਵਾ ਕੀਤੀ ਸੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਸੇ ਸਬੰਧੀ ਮਾਈਕ ਸਹਾਇਤਾ ਪ੍ਰਾਪਤ ਕਰਨ ਲਈ ਜਥੇਬੰਦੀ ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਕਾਊਂਟਰ ਲਾਉਣ ਦੀ ਕਮੇਟੀ ਵੱਲੋਂ ਮਨਜ਼ੂਰੀ ਦੇਣ ਦੀ ਆਗਿਆ ਦਿੱਤੀ ਹੈ। ਉਨ੍ਹਾਂ ਆਖਿਆ ਕਿ ਸਾਡੇ ਗੁਰੂਆਂ ਨੇ ਹਮੇਸ਼ਾ ਮਨੁੱਖਤਾ ਦੀ ਸੇਵਾ ਬਿਨਾਂ ਕਿਸੇ ਫਾਇਦੇ ਦੇ ਕਰਨ ਦਾ ਜਿਹੜਾ ਨੇਕ ਸੁਨੇਹਾ ਦਿੱਤਾ ਸੀ, ਜਥੇਬੰਦੀ ਉਨ੍ਹਾਂ ਵਿਚਾਰਾਂ ਨੂੰ ਸਿਰੇ ਚੜ੍ਹਾਉਣ ਦੀ ਭਰਪੂਰ ਕੋਸ਼ਿਸ਼ ਕਰੇਗੀ। ਸਰਦਾਰ ਮਨਜਿੰਦਰ ਸਿੰਘ ਸਰਸਾ ਨੇ ਆਖਿਆ ਕਿ ਖਾਲਸਾ ਦਾ ਮਤਲਬ ਖਾਲਿਸ ਹੁੰਦਾ ਹੈ, ਅਰਥਾਤ ਸ਼ੁੱਧ। ਇਸ ਲਈ ਖਾਲਸਾ ਏਡ ਵੱਲੋਂ ਗੁਰੂ ਸਿਧਾਂਤ ਤੇ ਪਹਿਰਾ ਦਿੰਦਿਆਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਅੱਜ ਵਿਤਕਰੇ ਦੇ ਵਾਲੇ ਸਮਾਜ ਨੂੰ ਸੱਚ ਦਿਖਾਉਣ ਦੇ ਬਰਾਬਰ ਨੇ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਕੁਲਵੰਤ ਸਿੰਘ ਬਾਠ ਅਤੇ ਪਰਮਜੀਤ ਸਿੰਘ ਚੰਡੋਕੇ ਮੌਜੂਦ ਸਨ।